वेलकम जी थोड़ा सारे अपने को नवे ब्लॉग के फिलहाल अज हजे मैं फ्रैश नहीं हुआ पहला फ्रैश होके आना गा अज बहुत वधिया मौसम है देखो तुसी धुप निकली अज ते फिलहाल तो पहला मैं सोचा भी नहाण तो पहला एक बार ट्रैक्टर साफ कर दिए क्योंकि फिर बाद चो जो नहा के आऊँगा फिर लिपट जूंगा है तो मैं साफ कर देंगे देखो तुसी गंदा होया ट्रैक्टर कल जो मीह च आप बहर लेके गए तो बहुत ही लिपट गया एक बार हूँ मैं इनू इतनी घटा के बस लीर मार दा तुसी टाइम लैप्स इंजॉय करो तो मैं पहला सोचा लीर मार दें फिर मैं चलो बाहर ही कड़ लेने इतने कोई दीना नहीं वास्ता नहीं बाहर ही कड़ो धुप्पे ला के फिर साफ कर दे मैं इधरले शटर ते जोर मारन नालों मैं इधर दी कड़ लैना गा घुमा दिए करा पहला स्टार्ट कर दिए थोड़ा जिहा गर्म हो जाए ट्रैक्टर ਆਪਾਂ ਸਾਫ ਕਰਤਾ ਸੀਗਾ ਤੇ ਟਾਇਰ ਰਹਿ ਗਏ ਟਾਇਰ ਫਿਰ ਮੈਂ ਹੁਣ ਆ ਕੇ ਧੋਊਂਗਾ ਤੇ ਫਿਲਹਾਲ ਤਾਂ ਆਪਾਂ ਚੱਲੇਆਂਗੇ ਮੇਰੇ ਰਿਸ਼ਤੇਦਾਰੀ ਚ ਕੱਲ ਮੇਰਾ ਇੱਕ ਮਾਮਾ ਆਇਆ ਸੀਗਾ ਤੇ ਅੱਜ ਆਪਾਂ ਇੱਕ ਦੂਜੇ ਮਾਮੇ ਕੋਲ ਜਾਣਾਗਾ ਉਹਨੂੰ ਉਹਨਾਂ ਨੂੰ ਪਤਾ ਲੱਗ ਜੂਗਾ ਅੱਗੇ ਦਿਖਾਵਾਂਗੇ ਤੇ ਉੱਥੇ ਵੀ ਉਹਨਾਂ ਨੇ ਵੀ ਇੱਕ ਨਿਊ ਹਾਲੈਂਡ ਆ ਛੱਤੀ ਤੀ ਪਹਿਲਾਂ ਵੀ ਮੈਂ ਦਿਖਾਇਆ ਹੋਇਆ ਮੈਨੂੰ ਲੱਗਦਾ ਵਲੌਗ ਚ ਅੱਜ ਆਪਾਂ ਉੱਥੇ ਜਾਣਾਗਾ ਤੇ ਚਲੋ ਫਿਰ ਪਹਿਲਾਂ ਮੈਂ ਰੈਡੀ ਹੁੰਨਾਗਾ ਤੇ ਰੈਡੀ ਹੋ ਕੇ ਤੁਹਾਨੂੰ ਮਿਲਦਾ ਤੇ ਅੱਜ ਦੀ ਤੁਸੀਂ ਮੇਰੀ ਆਊਟਫਿਟ ਦੇਖ ਸਕਦੇ ਹੋਗੇ ਪੱਗ ਵੀ ਚੈੱਕ ਕਰ ਸਕਦੇ ਹੋ ਬਹੁਤ ਟਾਈਮ ਲਾ ਕੇ ਬੰਨੀ ਅੱਜ ਤਾਂ ਹੀ ਥੋੜੀ ਸ਼ੇਪ ਵਧੀਆ ਨਹੀਂ ਅੱਗੇ ਤਾਂ ਵੈਸੇ ਹੀ ਬੰਨ ਲੈਣੇ ਹੁੰਦੇ ਆ ਅੱਜ ਰਹੂਗਾ ਘਰੇ ਅਸੀਂ ਚੱਲੇ ਹੈ ਅੱਛਾ ਆਪਾਂ ਚੱਲੇ ਤੇ ਡੈਡੀ ਮੇਰੇ ਨਾਲ ਨੇ ਫੋਟੋ ਖਿੱਚੋ ਹਾਂਜੀ ਸਨੈਪਚੈਟ ਪਾ ਦਈਏ ਕੀ ਕਹਿਣਾ ਅੱਛਾ ਅੱਜ ਪੱਕ ਦਾ ਲੋਟ ਆ ਗਿਆ ਪਹਿਲਾਂ ਤਾਂ ਫਿੱਡਰ ਜੀ ਬੰਨ ਲੈ ਅੱਛਾ ਉਹ ਹੁਣ ਚੇਂਜ ਕਰਤੀ ਸ਼ੇਪ ਅੱਗੇ ਤਾਂ ਹੋਰ ਹੀ ਹੁੰਦੀ ਸੀਗੀ ਹੁਣ ਵਧੀਆ ਬੰਨਣ ਲੱਗ ਗਿਆ ਮੈਂ ਸੋਹਣੀ ਲੱਗਦੀ ਹੈ ਹੈ ਤੂੰ ਤਾਂ ਬੰਨ ਲਿਆ ਕਰ ਫਿਰ ਫੋਟੋਆਂ ਖਿੱਚ ਲਈ ਆਪਾਂ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇੰਸਟਾਗ੍ਰਾਮ ਤੇ ਆਪਣੀ ਨੂਰ ਉੱਪਰ 3600 ਆਈਡੀ ਹੈਗੀ ਵਿੱਚ ਕੋਈ ਸਲੈਸ਼ ਨਹੀਂ ਹੈਗੀ ਨੀਚੇ ਆ ਰਹੀ ਹੋਊਗੀ ਤੁਸੀਂ ਜਾ ਕੇ ਫੋਲੋ ਕਰਕੇ ਉੱਥੇ ਦੇਖ ਸਕਦੇ ਹੋਗੇ ਤੇ ਜਦੋਂ ਇਹ ਵਲੌਗ ਪੈਣਾ ਮਿਲਾ ਜਦ ਤੱਕ ਪੋਸਟ ਹੋ ਚੁੱਕੀ ਆਉਣਗੀਆਂ ਤੇ ਕਈ ਜਣੇ ਪੁੱਛਦੇ ਸੀਗੇ ਵੀ ਆਪਣੇ ਕੋਲ ਗੱਡੀ ਕਿਹੜੀ ਆ ਆਪਣੇ ਕੋਲ i20 ਕਾਰ ਆ ਜ਼ਿਆਦਾਤਰ ਲੋਕਾਂ ਨੇ ਦੇਖੀ ਹੋਈ ਹੈਗੀ ਨੂਰ ਉੱਪਰ ਪਿੱਛੇ ਲਿਖਿਆ ਹੋਇਆ ਤੁਹਾਡੇ ਏਰੀਆ 'ਚੋਂ ਗੱਡੀ ਨਿਕਲਦੀ ਹੋਊਗੀ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਤੇ ਨੰਬਰ ਯਾਰ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਮੈਂ ਪਹਿਲਾਂ ਵੀ ਦਿਖਾਤਾ ਸੀਗਾ ਤਾਂ ਕਰਕੇ ਹੁਣ ਕੁਝ ਛੁਪਾਉਣ ਦੀ ਲੋੜ ਨਹੀਂ ਹੈਗੀ ਟਰੈਕਟਰ ਦਾ ਆਪਾਂ ਅੰਦਰ ਲਾਤਾ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਚਾਚਾ ਅੱਜ ਘਰੇ ਰਹੂਗਾ ਚਾਚਾ ਲੈ ਕੇ ਜਾਊ ਮੇਰਾ ਟਰੈਕਟਰ ਅੱਜ ਚਾਚਾ ਤਾਂ ਕਰਕੇ ਮੈਂ ਟਾਇਰ ਸਾਫ ਨਹੀਂ ਕੀਤੇ ਸੀਗੇ ਮੈਂ ਕਿਹਾ ਚੱਲ ਬਾਹਰ ਮੀਂਹ ਪਿਆ ਹੋਇਆਗਾ ਖਰਾਬ ਹੀ ਹੋਊਗਾ ਚਲੋ ਜੀ ਆਪਾਂ ਬਾਹਰ ਨਿਕਲ ਚੁੱਕੇ ਆ ਬਾਏ ਬਾਏ ਓ ਬਾਏ ਕੋਈ ਨਾ ਗੱਡੀ ਥੱਲੇ ਲੱਗੀ ਫਿਰ ਕੀ ਹੁੰਦਾ ਬਾਏ ਤਾਂ ਕਰ ਲਾ ਬਾਏ ਬਾਏ ਹਾਂ ਆਪਾਂ ਚੱਲੇ ਹੁਣ ਆਪਾਂ ਜਾਣਾਗੇ ਚੌਂਦੇ ਮੇਰੇ ਨਾਨਕੇ ਨੇ ਲਓ ਵੀ ਮਿੱਤਰੋ ਆਪਾਂ ਪਹੁੰਚਣਾ ਨਹੀਂ ਹੈ ਲਗਭਗ ਤੇ ਮੂਰੇ ਟੋਲ ਪਲਾਜ਼ਾ ਆ ਗਿਆ ਤੁਸੀਂ ਦੇਖ ਸਕਦੇ ਹੁਣ ਟੋਲ ਚੱਲਣ ਲੱਗ ਗਏ ਦੇਣੇ ਪੈਣਗੇ 50 ਰੁਪਏ ਹਨਾ ਜੀ ਜ਼ਿਆਦੇ ਹੋ ਗਏ ਹੋਣਗੇ ਦੇਖਦੇ ਹਾਂ ਕਿੰਨੇ ਕਰਤੇ ਪਰ 33 ਰੁਪਏ ਲੈ ਨੇ ਇਹਨਾਂ ਨੇ ਆਪਾਂ ਸਿੰਗਲ ਟੋਲ ਲਿਆ ਗਾ ਤੁਸੀਂ ਦੇਖ ਸਕਦੇ ਹੋ 33 ਰੁਪਏ ਤੇ ਸਿੰਗਲ ਮਹਾਰਾਣੇ ਵਾਲਾ ਟੋਲ ਪਲਾਜ਼ਾ ਟੱਪ ਗਿਆ ਆਪਾਂ ਆਪਾਂ ਅਮਰਗੜ੍ਹ ਪਹੁੰਚ ਗਏ ਜੀ ਤੇ ਇੱਥੋਂ ਹੁਣ ਆਪਾਂ ਵੜਾਂਗੇ ਚੌਂਦੇ ਨੂੰ ਕਿੱਥੋਂ ਘੁੰਮਣਾ ਉੱਥੋਂ ਜੇ ਨਾ ਆ ਸੀ ਰਸਤੇ ਚ ਬ੍ਰੈਡਾਂ ਦਾ ਲੰਗਰ ਚੱਲਦਾ ਸੀਗਾ ਤੇ ਡੈਡੀ ਨੇ ਦੇਖੋ ਕਿਵੇਂ ਚਣੇ ਆਗੇ ਦੇਖ ਦਿਖਾਇਆ ਹੱਥ ਤਾਂ ਪਰੇ ਕਰਿਓ ਚਾਰ ਬ੍ਰੈਡ ਲੈ ਚਾਰ ਬ੍ਰੈਡ ਚਣੀ ਬੈਠ ਨਾਲ ਚਾਹ ਚਲੋ ਖਾਣੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਪਲਾਨ ਚ ਥੋੜਾ ਜਿਹਾ ਚੇਂਜ ਆ ਗਿਆ ਸੀਗਾ ਤੇ ਹੁਣ ਪਹਿਲਾਂ ਆਪਾਂ ਚੌਂਦੇ ਨਹੀਂ ਪਹਿਲਾਂ ਆਪਾਂ ਬਰਦਨ ਹੋ ਜਾਵਾਂਗੇ ਤੇ ਉੱਥੇ ਹੈਗੀ ਮੇਰੇ ਡੈਡੀ ਦੀ ਮਾਸੀ ਪਹੁੰਚਣਾ ਨਹੀਂ ਆਗੇ ਬਸ ਜੀ ਆਪਾਂ ਪਹੁੰਚ ਗਏ ਡੈਡੀ ਜੀ ਦੇ ਮਾਸੀ ਜੀ ਦੇ ਘਰੇ ਡੈਡੀ ਕਿਹੜਾ ਘਰ ਆ ਤੁਹਾਡੀ ਮਾਸੀ ਦਾ ਅੱਗੇ ਆ ਨਾ ਆ ਸੀਗੀ ਆ ਕੋਠੀ ਹੈਗੀ ਤੇ ਚਲੋ ਅੰਦਰ ਚੱਲਦੇ ਆ ਖਾ ਪੀ ਕੇ ਬਸ ਜਿਹੜਾ ਕੁਝ ਖਵਾਉਣਗੇ ਖਾ ਪੀ ਕੇ ਫਿਰ ਆਉਣੇ ਆ ਫਿਰ ਤੁਹਾਨੂੰ ਦਿਖਾਉਣੇ ਆ ਆਪਾਂ ਡੈਡੀ ਦੀ ਮਾਸੀ ਨੂੰ ਮਿਲ ਕੇ ਤੇ ਹੁਣ ਚੱਲੇ ਆਗੇ ਮਾਸੜ ਜੀ ਮਤਲਬ ਮਾਸੜ ਜੀ ਨੂੰ ਵੀ ਮਿਲੇ ਸੀ ਯਾਨੀ ਕਿ ਸਾਰੀ ਫੈਮਿਲੀ ਨੂੰ ਮਿਲ ਕੇ ਤੇ ਹੁਣ ਆਪਾਂ ਚੱਲੇ ਆ ਹੁਣ ਆਪਾਂ ਚਾਉਂਦੇ ਜਾ ਰਹੇ ਆਗੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਛਤੀਤੀ ਹੈਗਾ ਦਿਖਾਉਣ ਵਾਲਾ ਇੱਕ ਟਰੈਕਟਰ ਤੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਪਹੁੰਚ ਗਏ ਸੀਗੇ ਜੀ ਮਾਮਾ ਜੀ ਕੋਲ ਤੇ ਆ ਨੇ ਮਾਮਾ ਜੀ ਕੋਲ ਫੋਨ ਕਿਹੜਾ ਗਈ ਦਿਖਾਇਓ ਮਾੜਾ ਜਿਹਾ 13 ਪ੍ਰੋ ਆਈ ਇਹ
चाह चू पी ली इधर गैराज वाल इथे देख लो स्कॉर्पियो खड़ी आ जिदे लाए व्हील बहुत ही सोहने ने गे बहुत ही सोहने ने इधर बुलेट खड़ा गा ओल्ड मॉडल बुलेट किन्ने मॉडल आई ये 2009 मॉडल लग रहे हैं 2009 मॉडल चले हाले ये सारा ही 35000 है ओके ये स्टार्ट हो जाऊगा स्टार्ट हाँ हो जाता स्टार्ट इन्हों आप बात देख दे पहला 36-30 वाला होने लाइए लार ने पिछो वो ही आप आज मैं कर देने हैं दे हाँ जी हाँ जी खास सीटा क्या है यार कैरेक्टर देखो तुम निकल छत्ती थी लिमिटेड एडिशन मेरे वीरियो लिमिटेड एडिशन चेक कर सकते हो तो हम स्टार्ट कर दें हो जूगा जी स्टार्ट है मारो फिर करा सेल्फ इंडिकेटर चलदा लो जी अज 36-30 स्टार्ट करना अज अपा ट्रैक्टर आप बहर कड़ लिया 36-30 इतने गेड़ा कड के आने ना थोनू भी रिव्यू देवे 36-30 चला के देख रहे अपने जोड़ियर ए बी सी डी एदा गेयर होंगे जोड़ियर च पर लो मीडियम हाई एदा गेयर होंगे है ना हाई पा लीए पाया हो इधर आप पा लिया गेर आज जी बहो ना लो जी ट्रैक्टर आप रोड से पा लिया हम भजा के देख लिया गेड़े गुड़े देंदे मामा जी मोटर ते आ गए इथे हम दो तीन फोटो खिंचदे नाले रीला बनाने ते अपनी एदे च मैनू इक ही कमी लगी मेरा स्टेयरिंग बहुत सेंसिटिव है बड़ा सेंसिटिव आ मैं मतलब भजा नहीं सकते है इन्हू आप इना जिन्ना मैं भजा के लेके आया जाने की औखा ही लेके आया पेंट तुसी चेक करो देखो क्रिस्टल दी दे विच आ देखो ते तुसी दस दे सी भी ट्रैक्टर बहुत ही घट ने गे इहना पता की सीगा जदों स्पैशल एडिशन आया स्पैशल एडिशन आया उस तों पहला इहना ने जदों इहना दे 100 साल पूरे हो गए सीगे कंपनी दे उदों इहना ने ना फिर लिमिटेड एडिशन मॉडल कटिया सीगा ते उदों इहना ने 100 पीस कटिया सी इंडिया दे विच पंजाब दे विच 5 जां 6 पीस ने लिमिटेड एडिशन दे ते बाकी इंडिया च ऑल इंडिया दे विच 100 पीस है बस जिहदे कोल हैगा आ जो उदों इन्हां ने स्पैशल एडिशन दे विच जिहड़ियां खूबियां ने उदों इहदे च लिमिटेड च पाईयां सीआं जदों इह कामयाब हो गया फिर इन्हां नूं स्पैशल एडिशन कढ़ना पिया सीगा ओके हां तुसीं देख सकदे बाकी लिमिटेड एडिशन तुसीं घट देखिआ होगा ते बाकी देखो तुसीं लिमिटेड एडिशन 36-30 ਇਹੀ ਇਹਦੀ ਖਾਸੀਅਤ ਆ ਹੋਰ ਮੋਡੀਫਿਕੇਸ਼ਨ ਤਾਂ ਕੋਈ ਨਹੀਂ ਹੈਗੀ ਪਰ ਜਿਹੜੀ ਇਹਦੀ ਆਪਦੀ ਖਾਸੀਅਤ ਆ ਉਹ ਤੁਹਾਨੂੰ ਦੱਸੀ ਹੈਗੀ ਵੀ ਇਹ ਲਿਮਿਟਡ ਐਡੀਸ਼ਨ ਆ ਹਾਂਜੀ ਮਤਲਬ ਜਿੰਨੇ ਵੀ ਟਰੈਕਟਰ 36-30 ਦੂਜੇ ਸਿੰਪਲ ਆਉਂਦੇ ਨੇ ਜਾਂ ਸਪੈਸ਼ਲ ਐਡੀਸ਼ਨ ਵੀ ਆਉਂਦਾ ਇਹਦੀ ਆਵਾਜ਼ ਦਾ ਸਭ ਨਾਲੋਂ ਫਰਕ ਹੈ ਹਾਂਜੀ ਹਾਂਜੀ ਹੁਣ ਤੁਹਾਨੂੰ ਸਟਾਰਟ ਵੀ ਕਰਕੇ ਦਿਖਾਉਂਦੇ ਆਪਾਂ ਕੋਈ ਨਾ ਤੇ ਕਰਿਓਗੇ ਜੀ ਇੱਕ ਵਾਰੀ ਸਟਾਰਟ ਉੱਪਰ ਖੜ ਕੇ ਤੇ ਹੁਣ ਤੁਹਾਨੂੰ ਸਟਾਰਟ ਕਰਕੇ ਦਿਖਾਉਂਦੇ ਆ ਕਰਿਓ ਜੀ ਦਿਓ ਰੇਸ ਤੇ ਉੱਧਰ ਖੜ ਕੇ ਜੀ
ਟਰਬੋ ਨੇ ਸਭ ਤੋਂ ਪਹਿਲਾਂ ਜਿਹੜਾ ਆਇਆ ਸੀ ਵਿਦਾਊਟ ਟਰਬੋ ਆਇਆ ਸੀ ਓਕੇ ਇਹ ਦੇਖ ਲਓ ਜੀ ਚਾਬੀ ਤੋਂ ਬੰਦ ਹੁੰਦਾ ਇਹ ਤਾਂ ਪਤਾ ਹੀ ਸੀ ਨਾ ਇਹ ਸਾਰਿਆਂ ਨੂੰ ਮਿਲਦਾ ਵੀ ਚਾਬੀ ਤੋਂ ਬੰਦ ਹੁੰਦਾ ਹੈ ਹਾਂ ਚਾਬੀ ਤੋਂ ਬੰਦ ਹੁੰਦਾ ਇਹ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਹਾਂਜੀ 36 ਤਾਂ ਚਾਬੀ ਤੋਂ ਹੀ ਬੰਦ ਹੁੰਦਾ ਤੇ ਜੇ ਚਾਬੀ ਤੋਂ ਕਿਤੇ ਨਾ ਬੰਦ ਹੋਏ ਫਿਰ ਹੋਰ ਕਿੱਥੋਂ ਹੁੰਦਾ ਜੀ ਨਹੀਂ ਚਾਬੀ ਤੋਂ ਹੀ ਬੰਦ ਹੁੰਦਾ ਜੇ ਚਾਬੀ ਖਰਾਬ ਹੈ ਤਾਂ ਫਿਰ ਤੁਹਾਨੂੰ ਧੱਕੇ ਨਾਲ ਬੰਦ ਕਰਨਾ ਪੈਣਾ ਜਾਂ ਉਧਰੋਂ ਇੱਕ ਪਲੱਗ ਹੈ ਉਧਰੋਂ ਬੰਦ ਹੋ ਜਾਂਦਾ ਹੈ ਓਕੇ ਅਨਫੋਰਚੂਨੇਟਲੀ ਤੁਹਾਨੂੰ ਡਿੱਕ ਆਪਾਂ ਚਲਾ ਕੇ ਨਹੀਂ ਦਿਖਾ ਸਕਦੇ ਕਿਉਂਕਿ ਤਾਰ ਟੁੱਟ ਗਈ ਡਿੱਕ ਦੀ ਕਹਿੰਦੇ ਤੇ ਚਲੋ ਕੋਈ ਚੱਕਰ ਨੀ ਵੈਸੇ ਬੂਫਰ ਆਪਣੇ ਮਤਲਬ ਬੂਫਰ ਨੇ ਹੈਗੇ ਸਪੀਕਰ ਬੂਫਰ ਨੇ ਕਿੰਨੇ ਇੰਚੀ ਨੇ ਸਪੀਕਰ ਬੂਫਰ ਨੇ 15-15 ਇੰਚ ਦੇ ਨੇ 15-15 ਇੰਚ ਦੇ ਨੇ ਤੁਸੀਂ ਦੇਖ ਸਕਦੇ ਹੋ 15-15 ਇੰਚ ਦੇ ਦੋ ਨੇਗੇ ਆਵਾਜ਼ ਤਾਂ ਇਹਨਾਂ ਦੀ ਵਧੀਆ ਹੋ ਗਈ ਹੈ ਨਾ ਜੀ ਬਹੁਤ ਆਪਾਂ ਹੁਣ ਬਸ ਘਰ ਨੂੰ ਚੱਲੇ ਆਂਗੇ ਤੇ ਬਹੁਤ ਟਾਈਮ ਸਪੈਂਡ ਕੀਤਾ ਤੇ ਬਹੁਤ ਵਧੀਆ ਲੱਗਿਆ ਤੇ ਟਰੈਕਟਰ ਵੀ ਉਧਰ ਹੀ ਖੜਾ ਸੀਗਾ ਸਾਈਡ ਤੇ ਬਾਕੀ ਹੁਣ ਆਪਾਂ ਚੱਲਦੇ ਆ ਆਪਣੇ ਪਿੰਡ ਨੂੰ ਓਕੇ ਜੀ ਬਾਏ 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 ਕਰਦੇ ਹਾਂ ਤੇ ਚਲੋ ਹੁਣ ਆਪਾਂ ਆਪਣੇ ਪਿੰਡ ਵੱਲ ਨੂੰ ਚੱਲਦੇ ਆ ਘਰ ਜਾ ਕੇ ਹੋਰ ਵੀ ਕੰਮ ਨੇ ਉਹ ਵੀ ਕਰਨੇ ਆ ਤੇ ਕਾਫੀ ਟਾਈਮ ਹੋ ਗਿਆ ਸੀ ਜਦੋਂ ਪਿੱਛੋਂ ਤੋਂ ਲਈ ਆਉਂਦੇ ਆ ਨਾ ਗੱਡੀ ਤੇਲ ਜ਼ੀਰੋ ਹੋਇਆ ਪਿਆ ਗਾ ਤੇ ਫਿਰ ਵੀ ਗੱਡੀ ਜਾਈ ਜਾ ਰਹੀ ਆ ਤੇ ਡੈਡੀ ਰਿਸਕ ਲੈ ਰਹੇ ਆ ਪੂਰਾ ਪੰਪ ਮਿਲ ਨਹੀਂ ਰਿਹਾ ਸਾਨੂੰ ਰਸਤੇ ਚ ਤੇ ਹੁਣ ਡੈਡੀ ਇਹ ਖੜ ਗਈ ਫਿਰ ਆਪਾਂ ਨੂੰ ਧੱਕਾ ਲਾਉਣਾ ਪਊਗਾ ਰੁੜਕੇ ਜਾਈਆ ਬਾਕੀ ਚਲੋ ਦੇਖਦੇ ਆ ਕਿੱਥੇ ਤੱਕ ਜਾਂਦੀ ਆ ਜ਼ੀਰੋ ਹੋਏ ਨੂੰ ਘੱਟੋ ਘੱਟ ਕਿੰਨੇ ਕਿਲੋਮੀਟਰ ਹੋ ਗਏ ਹੋਣਗੇ 5-4 ਕਿਲੋਮੀਟਰ ਹੀ ਹੋਏ ਆ ਕਿੰਨੇ ਕਿਲੋਮੀਟਰ ਚੱਲ ਜਾਂਦੀ ਆ ਡੈਡੀ ਤੁਸੀਂ ਕੀਤਾ ਹੋਊਗਾ ਐਕਸਪੀਰੀਅੰਸ 15 ਕਿਲੋਮੀਟਰ ਚਲਾਈ ਹੋਈ ਆ 15 ਕਿਲੋਮੀਟਰ ਆ ਜ਼ੀਰੋ ਹੋਣ ਤੋਂ ਬਾਅਦ ਫਿਰ ਤਾਂ ਜਾ ਸਕਦੀ ਆ ਫਿਰ ਤਾਂ ਚਲੀ ਜਾਊਗੀ ਆ ਗਿਆ ਪੰਪ ਮੇਰੇ ਵੀਰੋ ਆ ਗਿਆ ਕਹਿੰਦੇ ਪੰਪ ਆ ਗਿਆ ਕਹਿੰਦੇ ਮੇਰੇ ਵੀਰੋ ਮੂਹਰੇ ਖੜਾ ਗਾ 855 ਸਵਰਾਜ ਬੈਕ ਲਾ ਦੋ ਬੈਕ ਲਾ ਦੋ ਤੁਹਾਡੀ ਮਰਜ਼ੀ ਆ ਬਈ ਪੰਪ ਤੇ ਤਾਂ ਪਹੁੰਚ ਗਏ ਹੁਣ ਤੇਲ ਪਵਾਉਣੇ ਆ ਕੀ ਕਿੰਨਾ ਪਵਾਉਣਾ ਜੀ ਆਪਾਂ ਤੇਲ ਟੈਂਕੀ ਭਰਾ ਲੈਣੀ ਆ ਤੇ ਘੱਟੋ ਘੱਟ ਆਪਣੀ ਟੈਂਕੀ ਹੁਣ ਜ਼ੀਰੋ ਹੋਣ ਵਾਲੀ ਸੀਗੀ ਤੇ ਹੁਣ ਆਪਾਂ ਚੈੱਕ ਕਰ ਦਿਆਂਗੇ ਵੀ ਹਨਾ ਕਿੰਨੀ ਕੁ ਮਤਲਬ ਕਿੰਨੇ ਫੁੱਲ ਟੈਂਕੀ ਚ ਕਿੰਨਾ ਕੁ ਤੇਲ ਪੈ ਜਾਂਦਾ ਵਾ ਜੀ 45 ਲੀਟਰ ਦੀ ਟੈਂਕੀ ਆ ਰੈਡੀ ਦੱਸਦੇ ਸੀਗੇ ਤੇ ਦੇਖਦੇ ਆ ਕਿੰਨਾ ਤੇਲ ਪੈਂਦਾ ਤੇ ਤੁਸੀਂ ਦੇਖ ਸਕਦੇ ਹੋ ਵੀ 3600 ਲੀਟਰ 3600 ਰੁਪਏ ਦਾ ਤੇਲ ਪੈ ਗਿਆ ਤੇ ਜਾਣੀ ਕਿ 40 ਲੀਟਰ ਪੂਰਾ ਹੋ ਜੂ ਮੈਨੂੰ ਲੱਗਦਾ ਤੇਲ ਪਿਆ ਗਾ 3850 ਰੁਪੀਸ ਦਾ 40-40 ਲੀਟਰ ਹਨਾ ਜੀ 40-40 ਲੀਟਰ ਤੇਲ ਪੈ ਗਿਆ ਅਸੀਂ ਮੇਰੇ ਕੋਲ ਰੁਕੇ ਸੀਗੇ ਤੇ ਇੱਥੇ ਮੈਂ ਬਰਗਰ ਖਾਣ ਲੱਗ ਗਿਆ ਡੈਡੀ ਹੁਣੀ ਬਾਹਰ ਸਬਜ਼ੀ ਲੈਣ ਲੱਗ ਗਏ ਪਹੁੰਚ ਗਏ ਜੀ ਆਪਾਂ ਹੁਣੀ ਪਹੁੰਚੇ ਆ ਹਜੇ ਹੁਣੀ ਥੋੜੇ ਟਾਈਮ ਹੋਇਆ ਗਾ ਤੇ ਕੱਲ ਆਪਾਂ ਸ਼ਾਮ ਨੂੰ ਆ ਕੇ ਘਰੇ ਗੱਡੀ ਲਾਤੀ ਸੀਗੀ ਤੇ ਉਸ ਤੋਂ ਬਾਅਦ ਸੌਂ ਗਏ ਸੀ ਫਿਲਹਾਲ ਅੱਜ ਹੈਗਾ ਦੂਜਾ ਦਿਨ ਜੀ ਤੇ ਹੁਣ ਆਪਾਂ ਚੱਲਿਆਂਗੇ ਆਪਣੀ ਦੁਕਾਨ ਤੇ ਅੱਜ ਉੱਤੇ ਸਮਾਨ ਜਿਹਾ ਸੈੱਟ ਕਰਨਾ ਗਾ ਤੇ ਤੁਹਾਨੂੰ ਨਾਲ ਦੀਆਂ ਦਿਖਾਵਾਂਗੇ ਚਲੋ ਫਿਰ ਚੱਲਦੇ ਆਂ ਆਪਾਂ ਨਾਲ ਚਾਹ ਦੀ ਬੋਤਲ ਲੈ ਲਈ ਤੇ ਚਾਚਾ ਸਕੂਟਰੀ ਤੇ ਆਉ ਕਿਉਂਕਿ ਉੱਥੇ ਸਕੂਟਰੀ ਦੀ ਲੋੜ ਆ ਤੇ ਚਲੋ ਆਪਾਂ ਗੱਡੀ ਚੱਲਦੇ ਆਂ ਸਮਾਨ ਪਿੱਛੇ ਪਿਆ ਗਾ ਸ਼ਾਪ ਤੇ ਆਪਾਂ ਪਹੁੰਚ ਗਏ ਸੀਗੇ ਜੀ ਤੇ ਆਹ ਦੇਖੋ ਤੁਸੀਂ ਬਹੁਤ ਹੀ ਵਧੀਆ ਕਾਊਂਟਰ ਵਗੈਰਾ ਤਿਆਰ ਕੀਤਾ ਗਾ ਗੇਟ ਲਾਈਨ ਆਵਾਜ਼ ਆਉਂਦੀ ਆ ਬਾਹਰੋਂ ਲਾ ਦੇ ਮੈਨੂੰ ਦੇਖ ਸਕਦੇ ਮੈਂ ਟੋਪੀ ਤਾਂ ਲਈ ਸੀ ਉਦੋਂ ਠੰਡ ਲੱਗਦੀ ਸੀ ਹੁਣ ਲੋੜ ਨਹੀਂ ਹੈਗੀ ਕੁਰਸੀ ਪਈ ਆ ਤੇ ਮੈਂ ਹੀ ਬਹਿ ਜਾ ਕਰੂੰ ਜੀ ਦੁਕਾਨ ਤੇ ਬਹਿਣਾ ਤਾਂ ਬਹੁਤ ਸਖਾਲਾ ਗਾ ਆ ਲਾਈਟਾਂ ਲੁਟਾਂ ਲਾਇਆ ਜੀ ਕਿੱਥੋਂ ਚੱਲਣਗੀਆਂ ਇਧਰੋਂ ਤਾਂ ਚੱਲਦੀ ਨੀ ਕੋਈ ਲਾਈਟ ਨੀ ਹੈਗੀ ਫਿਰ ਸਾਧਨ ਸ਼ੀਸ਼ੇ ਦੋ ਸੀਗੇ ਤੇ ਆਹ ਰੈਕ ਨੇ ਇਧਰ ਵੀ ਸ਼ੀਸ਼ੇ ਨੇ ਪਿੱਛੇ ਇਧਰ ਵੀ ਸ਼ੀਸ਼ੇ ਨੇ ਖਾਸਾ ਮਤਲਬ ਵੀ ਜਗਾੜ ਜਾ ਕਰਿਆ ਹੋਇਆ ਗਾ ਮੈਂ ਤਾਂ ਉਦਣ ਹੈ ਨੀ ਸੀ ਜਿੱਦਣ ਕੰਮ ਕੀਤਾ ਗਾ ਤੇ ਉੱਪਰ ਆਪਾਂ ਵਾਲ ਪੇਪਰ ਲਾਇਆ ਸਾਰੇ ਕੰਧਾਂ ਤੇ ਮੂਹਰੇ ਸ਼ੀਸ਼ਾ ਲਵਾ ਲਿਆ ਆ ਰੱਗ ਵਾਲੀ ਕਹਿਣ ਲੱਗੀ ਮੈਨੂੰ ਤਾਂ ਲਓ ਜੀ ਆਪਾਂ ਅਸੈਸਰੀਆਂ ਕੱਢ ਲਈਆਂ ਸਾਰੀਆਂ ਤੇ ਹਜੇ ਦਿਖਾਉਣੀ ਹੈ ਤੁਹਾਨੂੰ ਬਸ ਚੰਡਦੇ ਹੋਏ ਦਿਖਾਵਾਂਗੇ ਆ ਆਪਾਂ ਦਿਖਾਉਣੀਆਂ ਨਹੀਂ ਇਹ ਚੀਜ਼ਾਂ ਹੈ ਆਪਾਂ ਬਾਅਦ ਚੋਂ ਦਿਖਾਵਾਂਗੇ ਹਾਂ ਯੈਸ ਇਹ ਚੀਜ਼ਾਂ ਦਿਖਾਉਣ ਲਾਇਕ ਹੁੰਦੀਆਂ ਨੇ ਤੇ ਉਹ ਬਾਅਦ ਚੋਂ ਦਿਖਾਵਾਂਗੇ ਭਰਾਵਾ ਤੁਸੀਂ ਸਮਾਨ ਆਪਾਂ ਸਾਰਾ ਸੈੱਟ ਕਰਤਾ ਲਾ ਸਕਦੇ ਹੋ ਤੇ ਇੱਧਰ ਤੁਸੀਂ ਦੇਖ ਲਓ ਵੀ ਹਨਾ ਸਾਰਾ ਸਮਾਨ ਸੈੱਟ ਕਰਤਾ ਦੇਖੋ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਨੂੰ ਆਪਣੀ ਓਪਨਿੰਗ ਆ ਸਾਰੇ ਜਣੇ ਵਿਜ਼ਿਟ ਕਰਿਓ ਤੇ ਫਿਲਹਾਲ ਜਿੱਦਾਂ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਤੁਹਾਡੇ ਤਾਂ ਅੱਜ ਹੀ ਹੋਊਗੀ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਉਦਣ ਹੀ ਓਪਨਿੰਗ ਆ ਗਈ ਦੁਕਾਨ ਦੀ ਤੇ ਜਰੂਰ ਵਿਜ਼ਿਟ ਕਰਕੇ ਜਾਇਓ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੀ ਬਾਤ ਹੈ ਤੇ ਸਾਰਾ ਸਮਾਨ ਪਿਆ ਟੋਟਲੀ ਆ ਦੇਖੋ ਤੁਸੀਂ ਇੱਕ ਆ ਬਹੁਤ ਹੀ ਯੂਨੀਕ ਜੀ ਚੀਜ਼ ਆ ਉਧਰ ਪਈਏ ਖੋਲ ਕੇ ਰੱਖੀ ਦਿਖਾਇਓ ਇੱਕ ਵਾਰੀ ਹਾਂ ਆ ਦੇਖੋ ਤੁਸੀਂ ਇਹ ਛੋਟੀ ਟੋਰਚ ਆ ਚਾਨਣ ਵਾਲਾ ਇੱਥੋਂ ਚਲਾ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਐਡਜਸਟ ਹੋ ਜਾਂਦੀ ਹੈ ਕਰਿਓ ਇਹਨੂੰ ਜਦੋਂ ਪਿੱਛੇ ਨੂੰ ਖੋਲਦੇ ਹਾਂ ਉਧਰੋਂ
ਚਾਨਣ ਘਟਦਾ ਵੱਧਦਾ ਤੇ ਦੂਜੀ ਚ ਲੱਗਦਾ ਹਾਏ ਉਹ ਇੱਕ ਆਪਣੀ ਹੋਰ ਆ ਇਹਦੇ ਨਾਲ ਦੀ ਏਦਾਂ ਫਲੈਸ਼ ਕਰਦੀ ਆ ਤੇ ਉਸ ਤੋਂ ਬਾਅਦ ਇੱਧਰ ਸਾਈਡ ਤੋਂ ਚਾਨਣ ਘਟ ਇੱਕ ਵਾਰੀ ਹੋਰ ਦਬਿਓ ਬਟਨ ਆਹ ਦੇਖੋ ਖੜ ਜਾਓ ਇੱਧਰ ਹਨੇਰੇ ਚਲੇ ਜਾ ਕੇ ਦਿਖਾਉਣਾ ਤੁਹਾਨੂੰ ਤੇ ਜਿੱਦਾਂ ਆਪਾਂ ਇੱਦਾਂ ਚਲਾਉਂਦੇ ਆ ਨਾ ਦੇਖੋ ਇਹਦਾ ਚਾਨਣ ਬਹੁਤ ਹੀ ਘੈਂਟ ਚੀਜ਼ ਆ ਇਹਦਾ ਪ੍ਰਾਈਜ਼ 300 ਰੁਪਿਆ ਗਾ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਸ਼ੋਪ ਤੇ ਆ ਕੇ ਕਰ ਸਕਦੇ ਹੋ ਪਰਚੇਸ ਦੇਖੋ ਤੁਸੀਂ ਕਿੰਨਾ ਸਮਾਨ ਪਿਆ ਹੈਡਫੋਨ ਕਵਰ ਤੇ ਆਪਣੇ ਕੋਲ ਵਾਚ ਵੀ ਪਈ ਆ ਐਪਲ ਵਾਚ ਸਾਰਾ ਕੁਛ ਪਿਆ ਤੇ ਅਸੀਂ ਦੁਕਾਨ ਦਾ ਕੰਮ ਨਿਬੇੜਤਾ ਜੀ ਸਾਰਾ ਤੇ ਕਾਰਡ ਕੁਰਡ ਜੇ ਵੀ ਬਣਤੇ ਤੁਸੀਂ ਵੀ ਇੱਕ ਵਾਰੀ ਨਿਗਾਹ ਮਾਰ ਲਓ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਵੀਡੀਓ ਪੌਜ਼ ਕਰਕੇ ਦੇਖ ਲਿਓ ਜਿੱਟ ਵਰਲਡ ਆਪਣੀ ਦੁਕਾਨ ਦਾ ਨਾਮ ਆ 5 ਗਰਾਈਆਂ ਸ਼ੋਪ ਆਪਣੀ ਇੱਥੇ ਨੀਚੇ ਤੁਸੀਂ ਪੂਰਾ ਐਡਰੈਸ ਦੇਖ ਸਕਦੇ ਹੋ ਮਾਨਕੀ ਰੋਡ ਨੀਅਰ SBI ਬੈਂਕ ਤੇ ਸਾਹਮਣੇ ਆਇਲ ਸੈਂਟਰ ਹੈਗਾ ਉਹ ਦੇਖੋ ਸਾਹਮਣੇ ਆਇਲ ਸੈਂਟਰ ਆ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਜਿਹੜੇ ਨੇੜੇ ਤੇੜੇ ਪਿੰਡਾਂ ਵਾਲੇ ਨੇਗੇ ਕਿ ਕਾਰਡ ਕੁਰਡ ਅਸੀਂ ਵੰਡਿਆ ਸੀਗੇ ਤੇ ਹੁਣ ਅਸੀਂ ਚੱਲੇ ਸੀਗੇ ਘਰ ਨੂੰ ਸਕੂਟਰੀ ਤੇ ਸਕੂਟਰੀ ਦੇ ਚਾਰਜਰ ਵੀ ਅਸੀਂ ਨਾਲ ਹੀ ਲੈ ਕੇ ਆਏ ਸੀ ਅਸੀਂ ਚਾਰਜ ਤਾਂ ਲਾਈ ਸੀ ਸਕੂਟਰੀ ਪਰ ਲਾਈਟ ਚਲੀ ਗਈ ਤੇ ਹੁਣ ਸਕੂਟਰੀ ਦੀ ਬੈਟਰੀ ਹੈਗੀ 36% ਤੇ ਅਸੀਂ ਜਾਣਾ 3 ਜਣਿਆਂ ਨੇ ਸਕੂਟਰੀ ਤੇ ਹੁਣ ਦੇਖਦੇ ਹਾਂ ਕੀ ਖੇਡਾਂ ਖੇਡਦੇ ਜਾਵਾਂਗੇ ਹੌਲੀ ਹੌਲੀ ਚਾਚਾ ਆਇਆ ਭੁਗਤਾ ਭੁਗਾਟਾ ਕਰੀਏ ਦੇਖਦੇ ਹਾਂ ਧੱਕਾ ਕੌਣ ਲਾਊਗਾ ਚਲੋ ਜੀ ਆਹੋ ਚਾਚਾ ਕਹਿੰਦਾ ਮੇਰੇ ਨਾਈਟ੍ਰੋਜਨ ਪਾ ਲਿਓ ਚਲੋ ਹੁਣ ਫਿਰ ਹੁਣ ਦੇਖਦੇ ਹਾਂ ਕੀ ਬਣਦਾ ਗਾ ਪਹੁੰਚਦੇ ਹਾਂ ਪਿੰਡ ਕੇ ਨਹੀਂ ਆਹੋ ਚਲੋ ਜੀ ਫਿਰ ਹੁਣ ਚੱਲਦੇ ਹਾਂ ਪਿੰਡ ਨੂੰ ਤੇ ਲਾ ਦਈਏ ਦੁਕਾਨ ਲੋਕ ਕੱਲ ਨੂੰ ਓਪਨ ਕਰਾਂਗੇ ਮੇਰੇ ਵੀਰਿਓ ਅੱਗੇ ਆਪਣਾ ਪਿੰਡ ਹੈ ਤੇ ਤੁਸੀਂ ਦੇਖ ਸਕਦੇ ਹੋ ਅਸੀਂ 20 ਤੇ ਜਾਂਦੇ ਹਾਂ ਕਿਉਂਕਿ ਇਸ ਤੋਂ ਵੱਧ ਭੱਜ ਨਹੀਂ ਰਹੀ ਇਹ ਤਾਂ ਮੈਨੂੰ ਲੱਗਦਾ ਧੋਖਾ ਹੈ ਅੱਜ ਤੇ ਦੇਖਦੇ ਹਾਂ ਬਾਕੀ ਮੈਨੂੰ ਇਹ ਤੇ ਜਮਾਂ ਹੀ ਭਰੋਸਾ ਨਹੀਂ ਹੈ ਕਿ ਇਹ ਕਦੇ ਵੀ ਧੋਖਾ ਦੇ ਸਕਦੀ ਹੈਗੀ ਅੱਗੇ ਮੈਨੂੰ ਇਹਨੇ 1-2 ਵਾਰੀ ਧੋਖਾ ਦਿੱਤਾ ਗਾ ਤੇ ਲੱਗਦੀ ਨਹੀਂ ਮੈਨੂੰ ਪਹੁੰਚਦੀ ਦੇਖੋ ਤੁਸੀਂ ਜਦੋਂ ਰੇਖ ਦਿੰਦੇ ਆ ਆਹ ਦੇਖੋ ਇੱਥੇ ਰੈੱਡ ਕਲਰ ਦਾ ਸਾਈਨ ਆ ਜਾਂਦਾ ਗਾ ਤੇ ਬੰਦੇ ਅਸੀਂ ਪਿੱਛੇ 3 ਬੈਠਿਆਂ ਦੇਖੋ ਤੁਸੀਂ 3 ਜਣੇ ਸਕੂਲ ਵੀ ਦੇਖੋ ਤੁਸੀਂ 3 ਜਣੇ ਲਈ ਇਹ ਬਣੀ ਨਹੀਂ ਹੈਗੀ 2 ਜਣੇ ਲਈ ਬਣੀ ਆ 2 ਜਣੇ ਤੇ ਵੀ ਇਹ ਐਵਰੇਜ ਮਸਾ ਦਿੰਦੀ ਆ ਤੇ ਅਸੀਂ 3 ਬੈਠੇ ਆ ਤੇ ਪਹੁੰਚ ਗਏ ਜੀ ਆਪਾਂ ਤੇ ਯਾਰ ਮੰਨ ਗਏ ਆ ਸਕੂਟਰੀ ਨੂੰ ਮੰਨ ਗਏ ਵੀ ਇਹ 3 ਜਣਿਆਂ ਦੇਖ ਲਓ ਤੁਸੀਂ ਚਾਚਾ ਆਪਾਂ ਕਿੰਨੇ ਕਿਲੋਮੀਟਰ ਆਏ ਆ ਕਿੰਨੇ ਕਿਲੋਮੀਟਰ ਘੱਟ ਅਸੀਂ 10 ਕਿਲੋਮੀਟਰ ਚਲਾ ਕੇ ਲੈ ਕੇ ਆਏ ਸਕੂਟਰੀ ਤੇ ਉੱਥੇ ਤੁਹਾਨੂੰ ਦੱਸਿਆ ਸੀ ਵੀ 36% ਸੀਗੀ ਤੇ ਤੁਸੀਂ ਦੇਖ ਲਓ ਵੀ ਹੁਣ ਹੈਗੀ ਹੈਗੀ ਇਹ ਹੁਣ ਇਹ ਸਿਰਫ 2% ਰਹਿ ਚੁੱਕੀ ਹੈਗੀ ਜਮਾਂ ਹੀ ਖਤਮ ਹੋਣ ਵਾਲੀ ਸੀਗੀ ਤੇ ਮੰਨ ਗਏ ਯਾਰ ਬਸ ਮੰਨ ਗਏ ਅੱਜ ਤੋਂ ਬਾਅਦ ਮੰਨ ਗਏ ਬਸ ਆ ਸਕੂਟਰੀ ਨੂੰ ਵੀ ਪਹੁੰਚ ਸਕਦੀ ਹੈਗੀ ਇਹ 30-30 ਤੇ ਆਏ ਆਗੇ 30-32 ਬਸ ਇੰਨੇ ਕੁ ਤੇ ਆਏ ਆ ਤੇ ਵਧੀਆ ਲੈ ਕੇ ਆਈ ਆ ਸਾਨੂੰ ਇਹ ਚਲੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਇੰਨਾ ਕੀ ਰੱਖਦੇ ਹਾਂ ਉਮੀਦ ਆ ਤੁਹਾਨੂੰ ਵਲੌਗ ਪਸੰਦ ਆਇਆ ਹੋਊਗਾ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਓਕੇ ਜੀ ਬਾਏ।